ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਆਪਾਂ ਕਚਰੇ ਜਿਹੜੇ ਪਾਉਂਨੇ ਆ ਕੁਝ ਸਮੇਂ ਬਾਅਦ ਉਹ ਕੱਸ ਕੇ ਪਾਟ ਜਾਂਦੇ ਨੇ ਆਪਾਂ ਉਸ ਦਾ ਪੋਚਾ ਬਣਾ ਲੈਨੇ ਆ ਜਾਂ ਬਾਰੀਆਂ ਬੂਹੇ ਝਾੜਨ ਪੁੰਜਣ ਦੇ ਕੰਮ ਕਰਨ ਲੱਗ ਜਾਂਦੇ ਆ ਵੀ ਸਾਡੀ ਗੱਡੀ ਧੋਣੀ ਏ ਸਿਰਫ ਪਾ ਬਾਲਟੀ ਚ ਤੇ ਉਹਦੇ ਵਿੱਚ ਉਹ ਕਪੜਾ ਪਾ ਕੇ ਸਾਫ਼ ਕਰਨ ਲੱਗ ਜਾਂਦੇ ਆ ਐਵੇਂ ਨਹੀਂ ਕਰਨਾ ਚਾਹੀਦਾ ਪੰਜ ਕਕਾਰਾਂ ਦਾ ਹਮੇਸ਼ਾ ਸਤਕਾਰ ਕਰਿਆ ਕਰੋ ਤੇ ਜਦੋਂ ਕਦੇ ਕੋਈ ਘਸ ਜਾਏ ਕੋਈ ਚੀਜ਼ ਉਦੋਂ ਉਹਨਾਂ ਦਾ ਹਮੇਸ਼ਾ ਸਨਸਕਾਰ ਕਰਿਆ ਕਰੋ ਆਪਣੇ ਘਰ ਪੀਲਾ ਜੋ ਸਿਰਪੋ ਹੁੰਦਾ ਹੈ ਕਈ ਥਾਵਾਂ ਤੇ ਉਹ ਰੋਲਦਾ ਵੇਖਿਆ ਹੋਇਆ ਹੈ ਕਈ ਲੋਕ ਉਸ ਨਾਲ ਝਾੜਪੁੰਝ ਕਰਨ ਲੱਗ ਜਾਂਦੇ ਨੇ ਜੋ ਚੀਜ਼ਾਂ ਆਪਾਂ ਨੂੰ ਬਖਸ਼ੀਆਂ ਨੇ ਉਸ ਦਾ ਹਮੇਸ਼ਾ ਸਤਕਾਰ ਕਰੋ ਆਪਾਂ ਆਪਣੀਆਂ ਕਮੀਆਂ ਨੂੰ ਦੂਰ ਕਰੀਏ ਹਮੇਸ਼ਾ ਅੰਮ੍ਰਿਤ ਵੇਲੇ 20 ਮਿੰਟ ਖੁੱਲੀ ਥਾਂ ਬੈਠ ਕੇ ਵਾਹਿਗੁਰੂ ਜਾਪ ਕਰੋ ਇੱਕ ਹਫਤੇ ਵਿੱਚ ਆਪਣੇ ਅੰਦਰ ਠਹਿਰਾਵ ਤੇ ਬਦਲਾਵ ਆਪਾਂ ਆਪ ਵੇਖਾਂਗੇ ਰੋਜ਼ ਇੱਕ ਪਾਠ ਜਪਜੀ ਸਾਹਿਬ ਦਾ ਕਰੋ ਜੋ ਵੀ ਚੀਜ਼ ਮੰਗਾਂਗੇ ਉਹ ਸਭ ਆਪਾਂ ਨੂੰ ਹਾਸਿਲ ਹੋਣਗੀਆਂ ਅੱਜ ਆਪਾਂ ਵੀ ਸਭ ਕੁਝ ਸੌਖਾ ਹੀ ਲੱਭਦੇ ਫਿਰਦੇ ਆ ਵੀ ਸਭ ਸੌਖਾ ਹੀ ਮਿਲ ਜਾਵੇ ਕਈ ਲੋਕ ਕਹਿੰਦੇ ਨੇ ਵੀ ਫੋਨ ਤੋਂ ਹੀ ਸਹਿਜ ਪਾਠ ਕਰ ਲਈਏ ਵੇਖੋ ਜਦੋਂ ਆਪਾਂ ਗੁਟਕਾ ਸਾਹਿਬ ਤੋਂ ਪਾਠ ਕਰਦੇ ਆਂ ਆਪਾਂ ਨੂੰ ਸਭ ਸਰੂਪ ਦੇ ਦਰਸ਼ਨ ਹੁੰਦੇ ਨੇ ਹੁੰਦੇ ਨੇ ਨਾ ਤੇ ਜਦੋਂ ਆਪਾਂ ਐਵੇਂ ਫੋਨ ਤੋਂ ਕਰਦੇ ਆ ਤਾਂ ਆਪਾਂ ਜਿਨ੍ਹਾਂ ਚ ਸਵਾਈਪ ਨਹੀਂ ਕਰਦੇ ਤੇ ਉਹਨਾਂ ਚ ਇੱਕ ਹੀ ਅੰਗ ਅੱਗੇ ਆਉਂਦਾ ਸਾਰੇ ਸਰੂਪ ਦੇ ਦਰਸ਼ਨ ਤਾਂ ਨਹੀਂ ਹੁੰਦੇ ਇਸ ਲਈ ਆਪਣੇ ਅੰਦਰੋਂ ਜੋ ਵੀ ਕਮੀ ਉਹ ਦੂਰ ਕਰੀਏ ਗੁਰਬਾਣੀ ਪੜ੍ਹਦੇ ਆ ਹਮੇਸ਼ਾ ਸੁਚਮ ਰੱਖੀਏ ਕਿਉਂਕਿ ਫੋਨ ਨੂੰ ਆਪਾਂ ਕਈ ਥਾਵਾਂ ਤੇ ਰੱਖ ਦਿੰਨੇ ਆ ਇਸ ਲਈ ਸੁਚਮ ਵਰਤੀ ਜਾਏ ਬਾਣੀ ਵਿੱਚ ਬਹੁਤ ਤਾਕਤ ਹੈ ਜੇ ਕਿਸੇ ਨੂੰ ਦਰਦ ਹੁੰਦੀ ਹੈ ਪੀੜ ਹੁੰਦੀ ਹੈ ਜਿੱਥੇ ਵੀ ਹੋਏ ਉਤੇ ਹੱਥ ਰੱਖ ਕੇ ਮੂਲ ਮੰਤਰ ਦਾ ਜਾਪ ਹੀ ਕਰੀ ਜਾ ਤੁਸੀਂ ਦੇਖੋਗੇ ਕਿ ਕੁਝ ਸਮੇਂ ਬਾਅਦ ਉਹ ਜੋ ਦਰਦ ਹੈ ਉਹ ਗਾਇਬ ਹੋ ਜਾਵੇਗਾ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆਂ ਸਰੀਰ ਅੰਦਰ ਬਹੁਤ ਤਾਕਤ ਆ ਜਾਂਦੀ ਹੈ ਸਿਆਣੇ ਕਹਿੰਦੇ ਨੇ ਜਦੋਂ ਨਿਤਨੇਮ ਕਰਕੇ ਉੱਠੋ ਨਾ ਤਾਂ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਜ਼ਰੂਰ ਫੇਰ ਇਸ ਨਾਲ ਆਪਣੇ ਨਿਤਨੇਮ ਨਾਲ ਬੱਚੇ ਨੂੰ ਵੀ ਬਹੁਤ ਸ਼ਕਤੀ ਮਿਲਦੀ ਆਪਾਂ ਜਦੋਂ ਬਾਣੀ ਪੜ੍ਹਦੇ ਆਂ ਕੋਲ ਜਲ ਰੱਖਦੇ ਆਂ ਉਹ ਤਾਂ ਹੀ ਰੱਖਦੇ ਆਂ ਨਹੀਂ ਤਾਂ ਸੰਤ ਮਹਾਪੁਰਸ਼ ਦੱਸਦੇ ਨੇ ਕਿ ਉਹ ਬਾਣੀ ਸੱਚ ਕੰਡ ਜਾ ਕੇ ਜਮਾ ਹੋ ਜਾਂਦੀ ਹੈ ਪਾਣੀ ਵਿੱਚ ਵੀ ਸੈੱਲ ਹੁੰਦੇ ਨੇ ਜਿਵੇਂ ਦਾਪਾ ਬੋਲ ਕੇ ਪੀਵਾਂਗੇ ਉਹ ਅੰਦਰ ਓਵੇਂ ਦਾ ਹੀ ਕੰਮ ਕਰੇਗਾ ਇਸ ਲਈ ਕਿਹਾ ਜਾਂਦਾ ਹੈ ਮੂਲ ਮੰਤਰ ਜਾਪ ਕਰਕੇ ਫਿਰ ਹੀ ਪਾਣੀ ਪਿਓ ਇਹ ਸੰਜੀਵਣੀ ਬੂਟੀ ਵਾਂਗ ਅੰਦਰੋਂ ਸਰੀਰ ਨੂੰ ਨਿਰੋਗ ਤੇ ਸ਼ਾਂਤ ਰੱਖੇਗਾ ਪਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ ਸੀ ਕਹਿੰਦੇ ਦਿੱਤਾ ਲਈਏ ਆਪਣਾ ਪਹਿਲਾਂ ਦਿਓ ਤੇ ਫਿਰ ਲਵੋ ਪਹਿਲਾ ਮਨੁੱਖਾ ਗੁਰੂ ਘਰ ਸੇਵਾ ਤਾਂ ਕਰ ਫਿਰ ਤੂੰ ਸਭ ਕੁਝ ਮਿਲ ਜਾਏਗਾ ਤੂੰ ਜੋ ਮੰਗੇਗਾ ਉਹ ਹਾਸਿਲ ਵੀ ਹੋ ਜਾਏਗਾ ਪਾਤਸ਼ਾਹ ਕਹਿੰਦੇ ਤੁਸੀਂ ਕਹਿੰਦੇ ਹੋ ਘਰ ਬਿਮਾਰੀਆਂ ਨੇ ਘਰ ਦੁੱਖ ਨੇ ਇਸ ਦਾ ਸਭ ਤੋਂ ਸੋਖਾ ਕੰਮ ਇਹ ਬਿ ਪਿੱਪਾ ਸਾਰੇ ਪਰਿਵਾਰ ਨੇ ਦੋ ਸਮੇਂ ਕੇਸਾਂ ਵਿੱਚ ਕੰਗਾ ਕਰਨਾ ਇਸ ਨਾਲ ਕਈ ਬਿਮਾਰੀਆਂ ਸਰੀਰ ਤੋਂ ਦੂਰ ਹੋ ਜਾਂਦੀਆਂ ਨੇ ਜੋ ਅੰਮ੍ਰਿਤ ਵੇਲੇ ਉੱਠ ਨਿੰਮ ਦੀ ਦਾਤਨ ਕਰਦਾ ਨਾ ਪਾਤਸ਼ਾਹ ਕਹਿੰਦੇ 70% ਸਰੀਰਕ ਬਿਮਾਰੀਆਂ ਤਾਂ ਉਸੇ ਨਾਲ ਓੱਡ ਜਾਂਦੀਆਂ ਨੇ ਜਦੋਂ ਬਾਣੀ ਪੜੋ ਤੇ ਜਲਕੁਲ ਜ਼ਰੂਰ ਰੱਖੋ ਬਾਣੀ ਪੜਨ ਉਪਰੰਤ ਉਸ ਜਲ ਨੂੰ ਜ਼ਰੂਰ ਛਕੋ ਕਿ ਇੱਕ ਵਾਰ ਨਾ ਇੱਕ ਮਾਈਸੀ ਉਹਨੂੰ ਬੜੇ ਜ਼ਿਆਦੇ ਰੋਗ ਹੋ ਗਏ ਉਹ ਕਿਤੋਂ ਨਾ ਠੀਕ ਹੋਈ ਇੱਕ ਸੰਤ ਜੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਤੂੰ ਸੇਵਾ ਕਰ ਪਾਵ ਮਲਮਲ ਦਾ ਕੱਪੜਾ ਲੈ ਕੇ ਤੇ ਸੇਵਾ ਕਰ ਤੇ ਉਸ ਤੋਂ ਬਾਅਦ ਉਹ ਕੱਪੜੇ ਨੂੰ ਪਾਣੀ ਵਿੱਚ ਡੋਬ ਕੇ ਤੇ ਉਹ ਜਲ ਛਕ ਲਈ ਸਭ ਦੁੱਖ ਰੋਗ ਉਹ ਠੀਕ ਹੋ ਜਾਣਗੇ ਜਿਵੇਂ 8ਵੇਂ ਪਾਤਸ਼ਾਹ ਜੀ ਨੇ ਇੱਕ ਕੋੜੀ ਨੂੰ ਆਪਣਾ ਰੁਮਾਲ ਦਿੱਤਾ ਸੀ ਤੇ ਉਹਨੇ ਸਰੀਰ ਤੇ ਲਾਇਆ ਤੇ ਉਹ ਠੀਕ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਵੀ ਗੁਰੂਆਂ ਦੀ ਜੋਤ ਨੇ ਰੋਜ਼ ਗੁਰੂ ਘਰ ਜਾਓ ਜਾ ਕੇ ਕੋਲ ਵਾਇਕ੍ਰੂਦਾ ਜਾਪ ਕਰੋ ਤੁਸੀਂ ਆਪਣੇ ਅੰਦਰ ਬਦਲਾਵ ਖੁਦ ਵੇਖੋਗੇ ਗੁਰਬਾਣੀ ਆਪਾਂ ਨੂੰ ਜੀਵਨ ਜੀਤ ਸਿਖਾਉਂਦੀ ਹੈ ਗੱਲ ਸਿਰਫ ਵਿਸ਼ਵਾਸ ਤੇ ਭਰੋਸੇ ਦੀ ਹੈ ਜੇ ਕਿਸੇ ਨੂੰ ਰਾਤ ਨੂੰ ਨੀਂਦ ਨਹੀਂ ਨਾ ਆਉਂਦੀ ਤਾਂ ਕੀਰਤਨ ਸੁਣਾ ਪਾਠ ਕਰਕੇ ਸੋ ਜਾ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਵੇਗੀ ਦਿਨ ਸਮੇਂ ਜੇ ਕੋਈ ੜੀਆਂ ਕੋਈ ਦਿੱਕਤ ਆਵੇ ਤਾਂ ਬ੍ਰह्म ਕਵਚ ਪੜੋ ਗੁਰਬਾਣੀ ਸਭ ਚੀਜ਼ਾਂ ਦਾ ਹੱਲ ਹੈ ਆਪਾਂ ਜਿੰਨੀਆਂ ਵੀ ਰੋਗਾਂ ਦੀ ਗੱਲ ਕਰੀਏ ਪਾਪ ਮਨ ਦੇ ਰੋਗਾਂ ਦੀ ਜਿਵੇਂ ਚਿੰਤਾ ਕਿਸੇ ਚੀਜ਼ ਦਾ ਡਰ ਕ੍ਰੋਧ ਹੋਣਾ ਸਭ ਕੁਝ ਪਤਾ ਕਿਉਂ ਹੈ ਆਪਾਂ ਆਪਣੇ ਮਨ ਵੱਲ ਧਿਆਨ ਹੀ ਨਹੀਂ ਦਿੰਦੇ ਆਪਾਂ ਹੋਰ ਸਭ ਦਾ ਧਿਆਨ ਰੱਖਦੇ ਆਪਾਂ ਤਾਂ ਕਰੋ ਤੁਰਨ ਲੱਗੇ ਆਪਣੇ ਫੋਨ ਦੀ ਬੈਟਰੀ ਤੱਕ ਪੂਰੀ ਤਰ੍ਹਾਂ ਭਰ ਕੇ ਤੁਰਦੇ ਆਂ ਬਸ ਆਪਾਂ ਆਪਣੇ ਆਪ ਨੂੰ ਹੀ ਭਰ ਕੇ ਨਹੀਂ ਤੁਰਦੇ ਤੇ ਸਾਰਾ ਦਿਨ ਆਪਣੇ ਆਪ ਤੋਂ ਕਿੰਨਾ ਕੁਝ ਸਰੀਰਕ ਤੇ ਮਾਨਸਿਕ ਤੌਰ ਤੇ ਕਿਰਿਆਵਾਂ ਕਰਾਉਨੇ ਆ ਤੇ ਮਨ ਸਾਡਾ ਕੀ ਹੁੰਦਾ ਫਿਰ ਥੱਕਿਆ ਤੇ ਥਕਾਵਟ ਨਾਲ ਭਰਿਆ ਚਿੱਤ ਹਮੇਸ਼ਾ ਹੀ ਜਦੋਂ ਜ਼ਿਆਦਾ ਸੋਚੇਗਾ ਤੇ ਇਹੀ ਹੋਏਗਾ ਤੇ ਜੋ ਹਰ ਸਮੇਂ ਸੋਚਾਂ ਵਿੱਚ ਡੁੱਬਿਆ ਰਹੇ ਫਿਰ ਆਪਾਂ ਗਲਤ ਵੀ ਸੋਚਣ ਲੱਗ ਜਾਂਦੇ ਆਂ ਜਦੋਂ ਆਪਾਂ ਐਵੇਂ ਸੋਚ ਲਿਆ ਤੇ ਫਿਰ ਉਹ ਸਾਡੇ ਬੋਲਾਂ ਤੇ ਸਾਡੇ ਵਤੀਰੇ ਵਿੱਚ ਸ਼ਾਮਿਲ ਹੋ ਜਾਂਦਾ ਹੈ ਇੱਕ ਚੀਜ਼ ਆਪਾਂ ਆਪਣੇ ਆਪ ਲਈ ਕਰ ਸਕਦੇ ਹਾਂ ਨਾ ਵੀ ਹਰ ਰੋਜ਼ ਅੰਮ੍ਰਿਤ ਵੇਲੇ ਕੁਝ ਸਮਾਂ ਸਿਰਫ ਖੋਦ ਲਈ ਕਿ ਦਿਨ ਦਾ ਬਾਕੀ ਸਮਾਂ ਆਪਾਂ ਦੂਜਿਆਂ ਲਈ ਕੱਢਿਆ ਪਰ ਜੋ ਅੰਮ੍ਰਿਤ ਵੇਲੇ ਦਾ ਸਮਾਂ ਹੈ ਨਾ ਇਹ ਖੋਦ ਲਈਏ ਇਹ ਉੱਠ ਕਰਨਾ ਕੀ ਹੈ ਵਾਹਿਗੁਰੂ ਦਾ ਨਾਮ ਜਪਣੇ ਆਪਣੇ ਆਪ ਨਾਲ ਵਾਅਦਾ ਕਰੋ ਵੀ ਜਦੋਂ ਅੰਮ੍ਰਿਤ ਵੇਲੇ ਉੱਠੋ ਉਦੋਂ ਸਭ ਤੋਂ ਪਹਿਲਾਂ ਫੋਨ ਨੂੰ ਨਹੀਂ ਫੜ ਲੈਣਾ ਕਰ ਸਕਦੇ ਆ ਨਾ ਇੰਨਾ ਕੁ ਤਾਂ ਮਨ ਨੂੰ ਆਰਾਮ ਦੇਣਾ ਆਪਾਂ ਅੰਮ੍ਰਿਤ ਵੇਲੇ ਤਰੋਤਾਜ਼ਾ ਹੋ ਉਠਾਂਗੇ ਉਦੋਂ ਹੀ ਆਪਾਂ ਫਿਰ ਕੀ ਕਰਨੇ ਆ ਫੋਨ ਫੜ ਲੈਨੇ ਆਪਣੇ ਵਿੱਚ ਫਿਰ ਉਹੀ ਭਰਿਆ ਜਾਂਦਾ ਉਸ ਦਾ ਹੀ ਅਸਰ ਹੁੰਦਾ ਬਸ ਆਪਣੇ ਵਿੱਚ ਇੱਕ ਛੋਟਾ ਜਿਹਾ ਬਦਲਾਵ ਕਰੀਏ ਕਿ ਅੰਮ੍ਰਿਤ ਵੇਲੇ ਦਾ ਸਮਾਂ ਵਾਹਿਗੁਰੂ ਦਾ ਨਾਮ ਨੂੰ ਦੇਈਏ ਤੇ ਅੱਖਾਂ ਬੰਦ ਕਰ ਮੂਲ ਮੰਤਰ ਦਾ ਜਾਪ ਕਰੀਏ ਮਨ ਸ਼ਾਂਤ ਹੋ ਜਾਏਗਾ ਆਪਾਂ ਆਪਣੇ ਆਪ ਨੂੰ ਉਹ ਸਮਾਂ ਚਾਰਜ ਕਰ ਰਹੇ ਆ ਤੇ ਇਹ ਸਮਾਂ ਆਪਣੇ ਜੀਵਨ ਨੂੰ ਬਦਲਣ ਦੀ ਸ਼ਮਤਾ ਵੀ ਰੱਖਦਾ ਹੈ ਜਦੋਂ ਆਪਾਂ ਇਹ ਕਰਨਾ ਨਾ ਆਰੰਭ ਕਰ ਦਵਾਂਗੇ ਪੂਰੇ ਘਰ ਵਿੱਚ ਉਸ ਦਾ ਪ੍ਰਭਾਵ ਪਵੇਗਾ ਤੇ ਖੁਸ਼ੀਆਂ ਹੀ ਖੁਸ਼ੀਆਂ ਨਸੀਬ ਹੋਣਗੀਆਂ ਫਿਰ ਆਓ ਅੱਜ ਤੋਂ ਅੰਮ੍ਰਿਤ ਵੇਲੇ ਦਾ ਇੱਕ ਘੰਟਾ ਨਹੀਂ ਘੱਟੋ-ਘੱਟ 30 ਮਿੰਟ ਤੇ ਖੋਦਲੀ ਕਰੀ ਸਕਦੇ ਆ ਨਾ ਤੇ ਉਹ ਸਾਰਾ ਦਿਨ ਉਹ ਬੈਟਰੀ ਚਾਰਜ ਰਹੇਗੀ ਦੇਖੋ ਨੂੰ ਇਹ ਗੱਲਾਂ ਬਹੁਤ ਛੋਟੀਆਂ-ਛੋਟੀਆਂ ਲੱਗਦੀਆਂ ਨੇ ਪਰ ਜਿਸ ਦਿਨ ਆਪਾਂ ਇਹ ਕਰਨ ਲੱਗੇ ਜ਼ਿੰਦਗੀ ਉਦਾਂ ਹੀ ਸਵਰਗ ਬਣ ਜਾਏਗੀ ਆਪਾਂ ਕਹਿ ਦਿੰਨੇ ਆਂ ਜੀ ਫਲਾਣੇ ਦੀ ਜ਼ਿੰਦਗੀ ਬੜੀ ਸੋਖੀ ਫਲਾਣੇ ਕੋਲ ਆਏ ਪਰ ਆਪਾਂ ਇਹ ਨਹੀਂ ਦੇਖਦੇ ਉਸ ਪਿੱਛੇ ਉਹਦੀ ਮਿਹਨਤ ਕਿੰਨੀ ਉਸ ਲਈ ਉਹ ਕੀ ਕੁਝ ਕਰਦਾ ਆਪਾਂ ਆਪਣੀ ਮਿਹਨਤ ਦੇਖੀਏ ਤੇ ਉਹਦੀ ਮਿਹਨਤ ਦੇਖੀਏ ਫਿਰ ਕੀ ਹੁੰਦਾ ਹੈ ਕਿ ਆਪਾਂ ਉਹਦੀਆਂ ਚੀਜ਼ਾਂ ਦੀ ਆਪਣੀਆਂ ਚੀਜ਼ਾਂ ਦੀ ਤੁਲਨਾ ਕਰਨ ਲੱਗ ਜਾਂਦੇ ਆਂ ਸਭ ਤੋਂ ਪਹਿਲਾਂ ਜੋ ਕੋਲ ਹੈਗਾ ਨਾ ਉਹਦਾ ਸ਼ੁਕਰਾਨਾ ਕਰਨਾ ਸਿੱਖੀਏ ਵਾਹਿਗੁਰੂ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਹੈ ਮਸ ਗੱਲ ਇੰਨੀ ਹੈ ਕਿ ਜੋ ਨਹੀਂ ਹੁੰਦਾ ਆਪਾਂ ਉਹ ਦੇਖਦੇ ਕੇ ਉਹ ਕੁੜੀ ਜਾਂਨੇ ਤੇ ਅੰਦਰ ਹੀ ਅੰਦਰ ਦੁਖੀ ਹੋ ਜਾਂਨੇ ਜੋ ਵਾਗਰੋ ਨੇ ਦਿੱਤਾ ਉਸ ਲਈ ਸ਼ੁਕਰਾਨਾ ਕਰੋ ਉਹਦੇ ਨਾਲ ਖੁਸ਼ ਹੋਵੋ ਜੋ ਕਹਿੰਦੇ ਨੇ ਨਾ ਹਜੇ ਸਮਾਂ ਹੈਗਾ ਆਪਾਂ ਫੇਰ ਇਹ ਕਰਾਂਗੇ ਫੇਰ ਆਪਾਂ ਨੂੰ ਉੱਥੇ ਜਾਵਾਂਗੇ ਐਵੇਂ ਖੁਸ਼ ਹੋਵਾਂਗੇ ਜ਼ਿੰਦਗੀ ਜੋ ਚੱਲਦੀ ਪਈ ਹੈ ਨਾ ਜੋ ਇਸ ਵਿੱਚ ਆਪਾਂ ਮਾਣਦੇ ਪਈਆਂ ਉਹੀ ਜ਼ਿੰਦਗੀ ਇਸ ਲਈ ਇਹ ਛੋਟੇ-ਛੋਟੀਆਂ ਜੋ ਖੁਸ਼ੀਆਂ ਨੇ ਇਹਨਾਂ ਨੂੰ ਇਕੱਠਾ ਕਰਕੇ ਤੇ ਇਹਦੇ ਨਾਲ ਜ਼ਿੰਦਗੀ ਜੋ ਜ਼ਰੂਰੀ ਨਹੀਂ ਕੁਝ ਵੱਡਾ ਹੋਵੇ ਤਾਂ ਹੀ ਖੁਸ਼ੀ ਹੈ ਖੁਸ਼ੀ ਪੈਸਿਆਂ ਨਾਲ ਨਹੀਂ ਖੁਸ਼ੀ ਮਨੁੱਖ ਦੇ ਅੰਦਰੋਂ ਆਉਂਦੀ ਹੈ ਜਿਸ ਚੀਜ਼ ਨਾਲ ਆਪਾਂ ਨੂੰ ਖੁਸ਼ੀ ਮਿਲੇ ਛੋਟੀ ਤੇ ਛੋਟੀ ਮਿਲੇ ਉਹ ਰੋਜ਼ ਕਰੋ ਤੁਸੀਂ ਦੇਖਿਓ ਤੁਹਾਡਾ ਮਨ ਤੁਹਾਡਾ ਚਿੱਤ ਖੁਸ਼ ਹੋਏਗਾ ਆਪਾਂ ਇਹ ਛੋਟੀਆਂ-ਛੋਟੀਆਂ ਕਦਰਾਂ-ਕੀਮਤਾਂ ਆਪਣੇ ਬੱਚਿਆਂ ਨੂੰ ਆਪਣੇ ਘਰ ਵਾਲਿਆਂ ਨੂੰ ਸਭ ਨੂੰ ਸਮਝਾਈਏ ਫਿਰ ਵੇਖਿਓ ਆਪਣਾ ਪਰਿਵਾਰ ਆਪਣਾ ਘਰ ਕਿਸੇ ਸਵਰਗ ਤੋਂ ਘੱਟ ਨਹੀਂ ਹੋਏਗਾ ਉਹ ਤੈੰਗਣਾ ਪਿਆਰ ਹੋਏਗਾ ਕਿ ਕਿ ਉਥੇ ਨਫਰਤ ਵੈਰ ਵਿਰੋਧ ਇਹਨਾਂ ਚੀਜ਼ਾਂ ਦੀ ਫਿਰ ਕਿਤੇ ਥਾਂ ਹੀ ਨਹੀਂ ਹੋਏਗੀ ਕਰ ਸਵਰਗ ਵਾਂਗੂ ਹੱਸਦਾ ਖੇਡਦਾ ਤੇ ਹਰ ਪਾਸੇ ਖੁਸ਼ੀ ਖੁਸ਼ੀ ਹੋਵੇਗੀ